ਜਿਹਦੀ ਜੋ ਮੁਹਿੰਮ ਚਲਾਈ ਗਈ ਸੀ ਵੀ ਅੰਡਰ ਏਜ ਬੱਚਿਆਂ ਨੂੰ ਅਵੇਅਰ ਕਰਨਾ ਵਾ, ਵੱਧ ਤੋਂ ਵੱਧ ਸਕੂਲਾਂ ਵਿੱਚ ਜਾ ਕੇ ਰੋਡ ਦੇ ਉੱਤੇ ਜਾ ਕੇ, ਅੱਜ ਅਸੀਂ ਗੌਰਮੈਂਟ ਕਾਲਜ ਦੇ ਬਾਹਰ DC ਆਫਿਸ ਦੇ ਚਾਈਲਡ ਪ੍ਰੋਟੈਕਸ਼ਨ ਅਫਸਰ ਜੋਸ਼ ਸਾਹਿਬ ਸਾਡੇ ਨਾਲ, ਉਹਨਾਂ ਦਾ ਸਟਾਫ ਸਾਡੇ ਨਾਲ ਹੈ, ਔਰ ਇਹਨਾਂ ਨੇ ਇੱਕ ਮੁਹਿੰਮ ਚਲਾਈ ਆ ਵੀ ਅੰਡਰ ਏਜ ਬੱਚਿਆਂ ਨੂੰ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਜਾ ਕੇ ਰੋਕ ਕੇ ਉਹਨਾਂ ਨੂੰ ਅਵੇਅਰ ਕਰਨਾ ਵਾ, ਔਰ ਅਸੀਂ ਅਵੇਅਰ ਕਰ ਰਹੇ ਹਾਂ, ਔਰ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਨੇ ਰੋਕਿਆ ਵਾ, ਲੜਕੀਆਂ ਨੂੰ ਅਵੇਅਰ ਕੀਤਾ ਵਾ ਸਪੈਸ਼ਲ ਵੀ ਇਹ ਦੇਸ਼ ਦਾ ਭਵਿੱਖ ਹੈ, ਇਹਨਾਂ ਵਿੱਚੋਂ ਕੋਈ ਡਾਕਟਰ ਕੋਈ IPS ਅਫਸਰ ਬਣਨੇ ਨੇ, ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾਉਣਗੇ ਤਾਂ ਕੁੜੀਆਂ ਨੂੰ ਵੀ ਜ਼ਰੂਰੀ ਹੈ ਹੈਲਮਟ ਪਾਉਣਾ ਵਾ, ਔਰ ਇਹੀ ਲੜਕੀਆਂ ਨੂੰ ਅੱਜ ਰੋਕ ਕੇ ਇਹੋ ਹੀ ਉਹਨਾਂ ਨੂੰ ਹਦਾਇਤ ਕੀਤੀ ਹੈ ਵੀ ਆਪਣੇ ਹੈਲਮਟ ਪਾਓ, ਆਪਣੇ ਜਿਹੜੀ ਅੰਡਰ ਏਜ ਬੱਚੇ ਹੈਗੇ ਆ ਉਹ 50 CC ਦੀ ਗੱਡੀ ਲੈ ਕੇ ਹੀ ਚਲਾਉਣ, 110 CC ਐਕਟਿਵਾ ਨਹੀਂ ਚਲਾ ਸਕਦੇ ਹੋ ਜਿਹੜੇ 18 ਸਾਲ ਤੋਂ ਘੱਟ ਨੇ, ਔਰ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਆਪਣਾ ਲਾਇਸੈਂਸ ਬਣਾ ਕੇ ਪ੍ਰੋਪਰ ਔਰ ਉਹਨੂੰ ਚਲਾ ਸਕਦੇ ਆ। ਬਿਲਕੁਲ, ਲੜਕੀਆਂ ਦੇ ਚਲਾਨ ਵੀ ਮੈਡਮ ਨਾਲ ਹੋ ਕੇ ਲੜਕੀਆਂ ਦੇ ਚਲਾਨ ਕਰਾਏ, ਜਿਹੜੀ ਲੜਕੀ ਅੰਡਰ ਏਜ ਜਿਹਨਾਂ ਨੇ ਹੈਲਮਟ ਨਹੀਂ ਪਾਏ ਉਹਨਾਂ ਨੇ ਵੀ ਇਹੀ ਅੱਜ ਚਲਾਨ ਕੀਤੇ ਆ, ਔਰ ਉਹਨੂੰ ਅਵੇਅਰ ਵੀ ਕੀਤਾ ਵਾ ਵੀ ਹੈਲਮਟ ਪਾਓ ਔਰ ਆਪਣੇ ਲਰਨਿੰਗ ਲਾਇਸੈਂਸ ਬਣਾਓ ਤੇ 50 CC ਦੀ ਐਕਟਿਵਾ ਚਲਾਓ। ਸਰ, DC ਸਾਹਿਬ ਦੀ ਹੁਕਮ ਦੇ ਅਕੋਰਡਿੰਗ ਆਪਾਂ ਅੱਜ ਗੌਰਮੈਂਟ ਕਾਲਜ ਦੇ ਬਾਹਰ ਨਾਕਾ ਲਾਇਆ, ਆਪਾਂ ਦੇਖਿਆ ਕਿ ਜਿਹੜੀ ਕੁੜੀ ਨੂੰ ਰੋਕੀਦਾ ਨਾ ਕਿਸੇ ਕੋਲ ਵੀ ਲਾਇਸੈਂਸ ਨਹੀਂ ਆ, ਤੇ ਹਰ ਇੱਕ ਕੁੜੀ ਕੋਲ 110 CC ਐਕਟਿਵਾ ਚਲਾ ਰਹੀ ਹੈ। ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਦਾ ਕਿ ਜਿਹੜੀ 18 ਸਾਲ ਤੋਂ ਥੱਲੇ ਬੱਚੇ ਨੇ ਉਹ 110 CC ਐਕਟਿਵਾ ਨਹੀਂ ਚਲਾ ਸਕਦੇ, ਉਹਨਾਂ ਵਾਸਤੇ 50 CC ਉਹ ਚਲਾ ਸਕਦੇ ਨੇ, ਪਰ ਉਹਦੇ ਵਿੱਚ ਵੀ ਕੰਡੀਸ਼ਨ ਹੈ ਵਾ ਕਿ ਉਹਨਾਂ ਦਾ ਲਰਨਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ। ਆਪਾਂ ਸਪੋਜ਼ ਕਰੋ ਜਿੰਨੀਆਂ ਵੀ ਲੜਕੀਆਂ ਰੋਕੀਆਂ, ਕਿਸੇ ਵੀ ਲੜਕੀ ਕੋਲ ਇੱਕ ਵੀ ਲਾਇਸੈਂਸ ਨਹੀਂ ਨਿਕਲਿਆ, ਅਤੇ ਟ੍ਰੈਫਿਕ ਇੰਚਾਰਜ ਜੀ ਨੇ ਉਹਨਾਂ ਨੇ ਚਲਾਨ ਕੀਤੇ ਹੈ। ਬਾਕੀ ਮੈਂ ਸਾਰੇ ਬੱਚਿਆਂ ਨੂੰ ਇਹ ਅਪੀਲ ਕਰਾਂਗਾ ਕਿ ਬੱਚੇ ਜੇ ਘਰੋਂ ਚੱਲਣਾ ਵਾ ਤਾਂ ਲਾਇਸੈਂਸ ਬਹੁਤ ਜ਼ਰੂਰੀ ਹੈ, ਕਾਗਜ਼ ਸਾਰੇ ਬਹੁਤ ਜ਼ਰੂਰੀ ਹੈ, ਪਰ ਆਪਾਂ ਅੰਡਰ ਏਜ ਦੇ ਚਲਾਨ ਕਰ ਰਹੇ ਸੀ, ਇਸ ਕਰਕੇ ਕਿਸੇ ਵੀ ਬੱਚੀ ਕੋਲੋਂ ਅੱਜ ਲਾਇਸੈਂਸ ਨਹੀਂ ਨਿਕਲਿਆ। ਸਾਰੀਆਂ ਬੱਚੀਆਂ ਲਾਇਸੈਂਸ ਬਣਵਾਉਣ, ਜੇਕਰ 18 ਸਾਲ ਤੋਂ ਥੱਲੇ ਆ ਤਾਂ 50 CC ਚਲਾਨ ਅਤੇ ਲਰਨਿੰਗ ਜ਼ਰੂਰ ਬਣਵਾਉਣ, ਉੱਪਰ ਵਾਲੇ ਜਿਹੜੇ ਨੇ ਉਹ ਆਪਣਾ ਲਾਇਸੈਂਸ ਲੈ ਕੇ ਨਾਲ ਚੱਲਣ। ਮੈਮ, ਆਪਾਂ ਤਾਂ ਸਰ ਕਿਸੇ ਦੀ ਗੱਲ ਨਹੀਂ ਸੁਣਦੇ, ਆਪਾਂ ਜੋ ਰੂਲ ਆ ਉਹਦੇ ਅਕੋਰਡਿੰਗਲੀ ਕਰਦੇ ਹਾਂ ਜੀ। ਜਿੰਨੀਆਂ ਵੀ ਬੱਚਿਆਂ ਨੇ ਕਿਹਾ ਵਾ ਆਪਾਂ ਜਿੰਨਾ ਜੇ ਇਸ ਤਰ੍ਹਾਂ ਸਰ ਸਾਰਿਆਂ ਦਾ ਫੋਨ ਸੁਣਦੇ ਤਾਂ ਆਪਾਂ ਉਹਨੂੰ ਕੋਈ ਚਲਾਣੀ ਨਾ ਕਰਦੇ। ਜਿਹਦੀ ਜੋ ਮੁਹਿੰਮ ਚਲਾਈ ਗਈ ਸੀ ਵੀ ਅੰਡਰ ਏਜ ਬੱਚਿਆਂ ਨੂੰ ਅਵੇਅਰ ਕਰਨਾ ਵਾ, ਵੱਧ ਤੋਂ ਵੱਧ ਸਕੂਲਾਂ ਵਿੱਚ ਜਾ ਕੇ ਰੋਡ ਦੇ ਉੱਤੇ ਜਾ ਕੇ, ਅੱਜ ਅਸੀਂ ਗੌਰਮੈਂਟ ਕਾਲਜ ਦੇ ਬਾਹਰ DC ਆਫਿਸ ਦੇ ਚਾਈਲਡ ਪ੍ਰੋਟੈਕਸ਼ਨ ਅਫਸਰ ਜੋਸ਼ ਸਾਹਿਬ ਸਾਡੇ ਨਾਲ, ਉਹਨਾਂ ਦਾ ਸਟਾਫ ਸਾਡੇ ਨਾਲ ਹੈ, ਔਰ ਇਹਨਾਂ ਨੇ ਇੱਕ ਮੁਹਿੰਮ ਚਲਾਈ ਆ ਵੀ ਅੰਡਰ ਏਜ ਬੱਚਿਆਂ ਨੂੰ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਜਾ ਕੇ ਰੋਕ ਕੇ ਉਹਨਾਂ ਨੂੰ ਅਵੇਅਰ ਕਰਨਾ ਵਾ, ਔਰ ਅਸੀਂ ਅਵੇਅਰ ਕਰ ਰਹੇ ਹਾਂ, ਔਰ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਨੇ ਰੋਕਿਆ ਵਾ, ਲੜਕੀਆਂ ਨੂੰ ਅਵੇਅਰ ਕੀਤਾ ਵਾ ਸਪੈਸ਼ਲ ਵੀ ਇਹ ਦੇਸ਼ ਦਾ ਭਵਿੱਖ ਹੈ, ਇਹਨਾਂ ਵਿੱਚੋਂ ਕੋਈ ਡਾਕਟਰ ਕੋਈ IPS ਅਫਸਰ ਬਣਨੇ ਨੇ, ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾਉਣਗੇ ਤਾਂ ਕੁੜੀਆਂ ਨੂੰ ਵੀ ਜ਼ਰੂਰੀ ਹੈ ਹੈਲਮਟ ਪਾਉਣਾ ਵਾ, ਔਰ ਇਹੀ ਲੜਕੀਆਂ ਨੂੰ ਅੱਜ ਰੋਕ ਕੇ ਇਹੋ ਹੀ ਉਹਨਾਂ ਨੂੰ ਹਦਾਇਤ ਕੀਤੀ ਹੈ ਵੀ ਆਪਣੇ ਹੈਲਮਟ ਪਾਓ, ਆਪਣੇ ਜਿਹੜੀ ਅੰਡਰ ਏਜ ਬੱਚੇ ਹੈਗੇ ਆ ਉਹ 50 CC ਦੀ ਗੱਡੀ ਲੈ ਕੇ ਹੀ ਚਲਾਉਣ, 110 CC ਐਕਟਿਵਾ ਨਹੀਂ ਚਲਾ ਸਕਦੇ ਹੋ ਜਿਹੜੇ 18 ਸਾਲ ਤੋਂ ਘੱਟ ਨੇ, ਔਰ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਆਪਣਾ ਲਾਇਸੈਂਸ ਬਣਾ ਕੇ ਪ੍ਰੋਪਰ ਔਰ ਉਹਨੂੰ ਚਲਾ ਸਕਦੇ ਆ। ਬਿਲਕੁਲ, ਲੜਕੀਆਂ ਦੇ ਚਲਾਨ ਵੀ ਮੈਡਮ ਨਾਲ ਹੋ ਕੇ ਲੜਕੀਆਂ ਦੇ ਚਲਾਨ ਕਰਾਏ, ਜਿਹੜੀ ਲੜਕੀ ਅੰਡਰ ਏਜ ਜਿਹਨਾਂ ਨੇ ਹੈਲਮਟ ਨਹੀਂ ਪਾਏ ਉਹਨਾਂ ਨੇ ਵੀ ਇਹੀ ਅੱਜ ਚਲਾਨ ਕੀਤੇ ਆ, ਔਰ ਉਹਨੂੰ ਅਵੇਅਰ ਵੀ ਕੀਤਾ ਵਾ ਵੀ ਹੈਲਮਟ ਪਾਓ ਔਰ ਆਪਣੇ ਲਰਨਿੰਗ ਲਾਇਸੈਂਸ ਬਣਾਓ ਤੇ 50 CC ਦੀ ਐਕਟਿਵਾ ਚਲਾਓ।